ਜ਼ੀਰਾ ਦੇ ਪਿੰਡ ਮਾਹੀਆਵਾਲਾ ਦੇ ਨਜ਼ਦੀਕ ਇੱਕ ਸੜਕ ਕਿਨਾਰੇ ਸੜੀ ਹੋਈ ਲਾਸ਼ ਮਿਲਣ ਦੇ ਨਾਲ ਸਨਸਨੀ ਫੈਲ ਗਈ। ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਫਿਲਹਾਲ ਇਹ ਵਿਅਕਤੀ ਕੌਣ ਹੈ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਸਾਨੂੰ ਥਾਣੇ ਬਜਰੀਆ ਟੈਲੀਫੋਨ ਤਲਾਹ ਮਿਲੀ ਕਿ ਜ਼ੀਰਾ ਤੋਂ ਤਲਵੰਡੀ ਭਾਈ ਨੈਸ਼ਨਲ ਹਾਈਵੇ 'ਤੇ ਪਰਾਲੀ ਨੂੰ ਅੱਗ ਲੱਗੀ ਹੋਈ ਆ ਅਤੇ ਜਿਹਦੇ ਵਿੱਚ ਕੋਈ ਡੈੱਡ ਬੋਡੀ ਮਿਲ ਕੇ ਜਲ ਰਹੀ ਹੈ। ਜਦੋਂ ਅਸੀਂ ਮੌਕੇ 'ਤੇ ਦੇਖਿਆ ਡੈੱਡ ਬੋਡੀ ਨੂੰ ਪੜਤਾਲ ਵਾਸਤੇ ਕਬਜ਼ਾ ਵਿੱਚ ਲੈ ਲਿਆ ਵਾ ਅਤੇ ਸ਼ਨਾਖਤ ਹੋਣ ਤੋਂ ਬਾਅਦ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ। ਸਰ ਕੋਈ ਦੋਸ਼ੀ ਦੀ ਇਹਦੀ ਜਿਹੜਾ ਪੀੜਤ ਸੜਿਆ ਉਹਦੀ ਕੋਈ ਸ਼ਨਾਖਤ ਹੋਈ ਹੈ? ਨਹੀਂ, ਦੋਸ਼ੀਆਂ ਦੀ ਕੋਈ ਸ਼ਨਾਖਤ ਨਹੀਂ ਹੋਈ ਅਤੇ ਨਾ ਹੀ ਕੋਈ ਡੈੱਡ ਬੋਡੀ ਦੀ ਸ਼ਨਾਖਤ ਹੋਈ। ਇਹ ਸਰ ਲੇਡੀਜ਼ ਦੀ ਹੈ ਜਾਂ ਜੈਂਟਸ ਦੀ ਹੈ? ਇਹ ਜੈਂਟਸ ਦੀ ਹੈ, ਜੈਂਟਸ ਦੀ ਲਾਸ਼। ਹਾਲੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਵਿਅਕਤੀ ਸੜਿਆ ਕਿਵੇਂ ਹੈ, ਇਸ ਦਾ ਕਤਲ ਕਰਕੇ ਲਾਸ਼ ਇੱਥੇ ਸੁੱਟੀ ਗਈ ਹੈ ਜਾਂ ਫਿਰ ਕੋਈ ਹੋਰ ਰਾਜ ਛਿਪਿਆ ਹੋਇਆ ਹੈ। ਜ਼ੀਰਾ ਤੋਂ ਸਤੀਸ਼, ਵਿਜ ਦੀ ਰਿਪੋਰਟ।